ਧਰਤੀ ਦੇ 30 ਕੁਸ਼ਚਨਾਂ ਦੇ ਬਾਰੇ ਚਰਚਾ ਕਰਾਂਗੇ ਇਸ ਵਿੱਚ ਜਿਹੜੇ ਵਿਦਿਆਰਥੀਆਂ ਨੇ 10ਵੀਂ ਤੱਕ ਪੰਜਾਬੀ ਪੜ੍ਹੀ ਹੋਈ ਹੈ ਉਹਨਾਂ ਲਈ ਇਸ ਵਾਰ ਪੰਜਾਬੀ ਦਾ ਪੇਪਰ ਦੇਣਾ ਲਾਜ਼ਮੀ ਹੈ ਪਹਿਲਾ ਕੁਸ਼ਚਨ ਹੈ ਹੋਂਠੀ ਧੁਨੀਆਂ ਕਿਹੜੀਆਂ ਹਨ ਜਦੋਂ ਅਸੀਂ ਧੁਨੀਆਂ ਦਾ ਉਚਾਰਨ ਕਰਦੇ ਹਾਂ ਅਸੀਂ ਇਹਨਾਂ ਨੂੰ ਉਚਾਰਨ ਕਰਕੇ ਉਸ ਵਕਤ ਵੀ ਦੇਖ ਸਕਦੇ ਹਾਂ ਕਿ ਜਿਹਨਾਂ ਦੇ ਉਚਾਰਨ ਸਮੇਂ ਜਦੋਂ ਛਾਤੀ ਵਿੱਚੋਂ ਹਵਾ ਬਾਹਰ ਆਉਂਦੀ ਹੈ ਤੇ ਅਸੀਂ ਕਿ ਹੋਂਠਾਂ ਦੇ ਉਚਾਰਨ ਸਥਾਨ ਤੇ ਦੋਨਾਂ ਹੋਂਠਾਂ ਨੂੰ ਬੰਦ ਕਰਕੇ ਜਦੋਂ ਹਵਾ ਨੂੰ ਰੋਕਦੇ ਹਾਂ ਤੇ ਉਸ ਨੂੰ ਦੋ ਹੋਠੀ ਧੁਨੀਆਂ ਕਿਹਾ ਜਾਂਦਾ ਹੈ ਤਾਂ ਤਾਂ ਤੇ ਤੁਸੀਂ ਉਚਾਰ ਕੇ ਦੇਖੋ ਤਾਂ ਤੇ ਜੋ ਜੀਭ ਹੈ ਤੁਹਾਡੀ ਇੱਥੇ ਲੱਗ ਰਹੀ ਹੈ ਠੀਕ ਕ ਕੰਠੀ ਕ ਸੈਂਟਰ ਵਾਲਾ ਹਿੱਸਾ ਇੱਥੇ ਲੱਗ ਰਿਹਾ ਹੈ ਚ ਸਖਤ ਤਾਲੂ ਦੇ ਨੇੜੇ ਇੱਥੇ ਲੱਗ ਰਿਹਾ ਹੈ ਪ ਆ ਪ ਫ ਬ ਸੋ ਦੋ ਹੋਠੀ ਧੁਨੀਆਂ ਕਿਹੜੀਆਂ ਹੋਈਆਂ ਪ ਫ ਬ ਇਹਨਾਂ ਦਾ ਵਿਸਤਾਰ ਵਿੱਚ ਵੀਡੀਓ ਬਣਾ ਦਾਂਗਾ ਜਿਹਦੇ ਵਿੱਚ ਵਰਗੀਕਰਨ ਵਿਗਿਆਨਿਕ ਵਰਗੀਕਰਨ ਹੈ ਪੰਜਾਬੀ ਵਰਨ ਵਾਲਾ ਦਾ ਅਘੋਸ਼ ਸਗੋਸ਼ ਅਲਗ ਪ੍ਰਾਣ ਮਹਾਂਪ੍ਰਾਣ ਉਹ ਅਲੱਗ ਤੋਂ ਵੀਡੀਓ ਤੁਸੀਂ ਦੇਖ ਸਕਦੇ ਹੋ ਦੂਸਰਾ ਕੁਸ਼ਚਨ ਹੈ ਸ਼ਾਮ ਬਹੁਤ ਤੇਜ਼ ਦੌੜਦਾ ਹੈ ਬਹੁਤ ਤੇਜ਼ ਇਹ ਤੇਜ਼ ਦੌੜਦਾ ਹੈ ਨੂੰ ਅੰਡਰਲਾਈਨ ਕੀਤਾ ਗਿਆ ਹੈ ਵਾਕ ਵਿੱਚ ਰੇਖਾਂਕਿਤ ਸ਼ਬਦ ਕਿਹੜੇ ਹਨ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਪੜਨਾਮ अच्छा शाम की है इथे नाम है है की है है सहायक क्रिया दौड़दा मुख क्रिया तेज इसकी विशेषता है ठीक क्रिया दी विशेषता सो क्रिया विशेषण इसका आंसर होना चाहिए है नेक्स्ट क्वेश्चन है पंजाबी भाषा विच स्वर वाहक किन्ने हन ये भुलेखा नहीं खाना ये गल याद रखनी है कि स्वर पहले पूछे जान तां 10 हन ਜਿਹਦੇ ਵਾਹਕ ਵਾਹਕ ਦਾ ਮਤਲਬ ਹੈ ਕਿ ਤੁਸੀਂ ਕਿਸੇ ਵਾਹਨ ਤੇ ਜਿਵੇਂ ਇੱਥੇ ਮੈਂ ਕਾਰ ਨੂੰ ਡਰਾ ਕੀਤਾ ਹੈ ਓਕੇ ਸੋ ਇਹ ਕਾਰ ਤੇ ਤੁਸੀਂ ਇਹਦੇ ਵਿੱਚ ਬੈਠੇ ਹੋਏ ਹੋ ਇੱਥੇ ਕੀ ਹੈ ਕਿ ਇਹ ਵਾਹਨ ਹੈ ਵਾਹਕ ਵਾਹਨ ਔਰ ਇਹ ਜਿੰਨੇ ਜਾਣੇ ਵਿੱਚ ਬੈਠੇ ਹੋਏ ਹਨ ਇਸ ਤਰ੍ਹਾਂ ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਮੰਨ ਲਓ ਊੜਾ ਐੜਾ ਈੜੀ ਇਹ ਵਾਹਨ ਹਨ ਇਹ ਮੰਨ ਲਓ ਊੜੇ ਦਾ ਵਾਹਨ ਹੈ ਊੜੇ ਦੇ ਨਾਲ ਜਿਹੜੀਆਂ ਮਾਤਰਾਵਾਂ ਲੱਗਦੀਆਂ ਹਨ ਉਹ ਮਾਤਰਾਵਾਂ ਬਣ ਜਾਂਦੀਆਂ ਸਵਰ ਇਸ ਨੂੰ ਇੱਥੇ ਸਮਝਦੇ ਹਾਂ ਚੰਗੀ ਤਰ੍ਹਾਂ ਇਹ ਜਿਹੜਾ ਵਾਹਕ ਹੈ ਵਾਹਨ ਹੈ ਜਿਸ ਤੇ ਤੁਸੀਂ ਸਵਾਰੀ ਕੌਣ ਕਰ ਰਿਹਾ ਇਹ ਮਾਤਰਾ ਹੈ ਦੂਸਰੀ ਠੀਕ ਹੈ ਇਹ ਇਸ ਉੱਤੇ ਸਵਾਰੀ ਕਰ ਰਹੇ ਹਨ ਸੋ ਜਿਹੜੇ ਸਵਾਰੀ ਕਰ ਰਹੇ ਹਨ ਇਹ ਸਵਰ ਹਨ ਇਹ ਸਵਰ ਵਾਹਕ ਹੈ ਦੂਸਰਾ ਐੜਾ ਸਵਰ ਵਾਹਕ ਹੈ ਇਸ ਤੇ 4 ਸਵਾਰੀ ਕਰ ਰਹੇ ਹਨ ਈੜੀ ਇਸ ਤੇ 3 ਕਰ ਰਹੇ ਹਨ 3 ਜਮਾ 4 ਜਮਾ 3 ਇਹ ਬਰਾਬਰ ਹੋ ਗਏ 10 ਇਹ ਸਵਰ ਹਨ ਤੇ ਇਹ ਸਵਰ ਵਾਹਕ 3 ਇਸ ਤੇ ਉੱਤਰ ਆਏਗਾ 3 ਰਾਈਟ ਆਨਸਰ 3 ਹੈ ਦੂਸਰਾ 2 ਜਮਾ 2 ਤੋਂ ਵਧੇਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਸ਼ਬਦ ਖਾਉਂਦੇ ਹਨ 2 ਜਾਂ 2 ਤੋਂ ਵਧੇਕ ਮੂਲ ਮੂਲ ਸ਼ਬਦ ਵੀ ਕਹਿ ਦਿੰਦੇ ਹਨ ਮੂਲ ਧਾਤੂ ਵੀ ਕਹਿ ਦਿੰਦੇ ਹਨ ਮੂਲ ਰੂਪ ਵੀ ਕਹਿ ਦਿੰਦੇ ਹਨ ਓਕੇ ਇਸ ਨੂੰ ਭਾਵਾਂਸ਼ ਵੀ ਕਹਿ ਦਿੰਦੇ ਹਨ ਕੋਈ ਵੀ ਅਜਿਹਾ ਸ਼ਬਦ ਜਿਸ ਦੇ ਨਾਲ ਉਹ ਸਾਰੇ ਵਧੇਤਰ ਹਟਾ ਦਿੱਤੇ ਜਾਣ ਉਹ ਮੂਲ ਸ਼ਬਦ ਬਣਦਾ ਹੈ ਫੋਰ ਐਗਜ਼ਾਮਪਲ ਕਰਦਿਆਂ ਕਰਦਿਆਂ ਨੂੰ ਹਟਾ ਦਿੱਤਾ ਜਾਵੇ ਤਾਂ ਕਰ ਜਿਹੜਾ ਲਾਸਟ ਤੇ ਛੋਟੇ ਤੋਂ ਛੋਟਾ ਬਣਦਾ ਹੈ ਜਿਸ ਦਾ ਅਰਥ ਹੁੰਦਾ ਹੈ ਉਹ ਬੜਾ ਹੋ ਗਿਆ ਮੂਲ ਸ਼ਬਦ ਧਾਤੂ ਜਾਂ ਭਾਵਾਂਸ਼ ਭਾਵਾਂਸ਼ 2 ਤਰ੍ਹਾਂ ਦੇ ਹੁੰਦੇ ਹਨ ਬੰਦੇਜੀ ਤੇ ਮੁਕਤ ਬੰਦੇਜੀ ਜਿਹੜੇ ਹੁੰਦੇ ਹਨ ਉਹ ਮੁਕਤ ਭਾਵਾਂਸ਼ ਤੋਂ ਬਿਨਾ ਨਹੀਂ ਵਿਚਰ ਸਕਦੇ ਫੋਰ ਐਗਜ਼ਾਮਪਲ ਦੋਸ਼ ਤੇ 2 ਤੋਂ ਵੱਧ ਇੱਥੇ ਅਸੀਂ ਅਰਥ ਬਣਾ ਰਹੇ ਹਾਂ ਘੋੜ ਸਵਾਰ ਹੁਣ ਸਵਾਰ ਸ਼ਬਦ ਆਪਣੇ ਆਪ ਚ ਸੁਤੰਤਰ ਹੈ ਇਹ ਕਿਹੜਾ ਭਾਵਾਂਸ਼ ਹੈ ਮੁਕਤ ਘੋੜ ਸ਼ਬਦ ਆਪਣੇ ਆਪ ਚ ਕੁਝ ਨਹੀਂ ਹੈ ਘੋੜਾ ਸ਼ਬਦ ਹੈ ਲੇਕਿਨ ਘੋੜ ਸ਼ਬਦ ਆਪਣੇ ਆਪ ਤੋਂ ਮੁਕਤ ਨਹੀਂ ਹੈ ਸੋ ਇਹ ਹੋ ਗਿਆ ਬੰਦੇਜੀ ਜਿਹੜਾ ਦੂਸਰਾ ਹੈ ਬੰਦੇਜੀ ਸੋ ਇਸ ਤਰ੍ਹਾਂ 2 ਧਾਤੂ ਜਾਂ ਭਾਵਾਂਸ਼ ਜਾਂ ਮੂਲ ਸ਼ਬਦਾਂ ਦੇ ਜੋੜ ਤੋਂ ਜਿਹੜੇ ਬਣਦੇ ਹਨ ਉਹ ਸ਼ਬਦ ਕੀ ਕਹਿੰਦੇ ਹਨ ਸਮਾਸੀ ਸ਼ਬਦ ਇਹ ਜਿੰਨੀਆਂ ਵੀ ਘੋੜ ਸਵਾਰ ਸਮਾਸੀ ਸ਼ਬਦ ਦੀ ਇੱਕ ਉਦਾਹਰਣ ਹੈ ਜਿਸ ਵਿੱਚ ਇੱਕ ਬੰਦੇਜੀ ਤੇ ਦੂਸਰਾ ਮੁਕਤ ਸ਼ਬਦ ਅਗਲਾ ਪ੍ਰਸ਼ਨ ਹੈ ਵੱਡੇ ਹੁੰਦੇ ਨੇ ਆਪਣੇ ਭਰਾ ਦੇ ਖੇਤ ਨੂੰ ਉਜੜਨ ਤੋਂ ਬਚਾਇਆ ਠੀਕ ਹੈ ਬਚਾਇਆ ਕਿਰਿਆ ਆ ਗਈ ਮੁੰਡਾ ਨਾਮ ਆ ਗਿਆ ਕਰਨ ਵਾਲਾ ਕੰਮ ਕਰਤਾ ਆ ਗਿਆ ਇਹ ਕਰਤਾ ਹੈ ਜੀ
ठीक ये सवाल नहीं पूछा गया, इट मीन ये नहीं आएगा। ठीक है, वड्डे मुंडे ये विशेषण है, इसकी विशेषता दस रहा है, विशेषण ए नहीं है, नहीं आएगा। ये जो करता है इसका विस्तार है कि एदा भरा है, ठीक। सो इस दे विस्तार नूं असी करता दा विस्तार कहां, राइट आंसर करता दा विस्तार। वाक विच सब तो छोटी व्याकरणक इकाई, व्याकरणक इकाई जे सब तो वड्डी है तो वाक है, सब तो छोटी धुनी हुंदी है पर धुनी निरार्थक हुंदी है, निरार्थक जिसका कोई अर्थ नहीं हुंदा, सब तो छोटी। हुण इत्थे ओ शब्द विच नहीं लिखिया गया कि निरार्थक दसी जानी है, वाक सब तो वध ते सब तो प्रवाणित जो जिद विच भाषा दा विचार संचार हुंदा है, विचार संचार कीता जांदा है, ओ वाक है, तो ए सार्थक हुंदी है। दूसरा भावांश जेड़ा है ए सार्थक हुंदा है पर ए स्वतंत्र नहीं हुंदा, सार्थक है ए निरार्थक है, ते ए सार्थक भी है पर स्वतंत्र नहीं है। जिवें पिछे गल करके आए हां बंदेजी, बंधन विच रहने वाले भी हुंदे हन। शब्द एक इदां दी चीज है जिहड़ी सार्थक भी है, जिहड़ी स्वतंत्र भी है, ठीक है, और जिहड़ी सार्थक भी स्वतंत्र भी और छोटी भी। जे सब तो छोटियां दे विच इस तरह तीन आंदे हन, इत्थे इत्थे एक स्पष्ट नहीं है कि इन्हां ने वाक दी सब तो छोटी स्वतंत्र क्या है, सार्थक क्या है, निरार्थक क्या है। सो कुछ नहीं किया, इसलिए शब्द नूं असीं चुणांगे क्योंकि सार्थक भी है, स्वतंत्र भी है, ते छोटी भी आ जा। अगे चलते हाँ, हेठ लिखियां विचों पंजाबी दी टकसाली भाषा केड़ी है। टकसाली भाषा नूं म्यारी भाषा भी किया जांदा है, म्यारी। अच्छा, इह केड़ियां हुंदियां ने, किसे भी भाषा दियां उपभाषावां जिहड़ियां हुंदियां हन ਉਹ ਕੋਈ ਵੀ ਚੰਗੀ ਜਾਂ ਮਾੜੀ ਨਹੀਂ ਹੁੰਦੀ, ਤਾਂ ਫਿਰ ਕੋਈ ਭਾਸ਼ਾ ਟਕਸਾਲੀ ਜਾਂ ਮਿਆਰੀ ਕਿਉਂ ਬਣਾਉਣੀ ਪੈਂਦੀ ਹੈ? ਕਿਉਂਕਿ ਜਿਹੜਾ ਕਾਰੋਬਾਰ ਉਸ ਸਟੇਟ ਵਿੱਚ, ਫੋਰ ਐਗਜ਼ਾਮਪਲ ਇੱਥੇ ਪੰਜਾਬੀ ਦੀ ਗੱਲ ਕਰ ਰਹੇ ਹਾਂ, ਪੰਜਾਬੀ ਵਿੱਚ ਸਰਕਾਰ ਤੇ ਸਰਕਾਰ ਦੇ ਕੰਮ ਜਾਂ ਗੈਰ ਸਰਕਾਰੀ ਕੰਮ, ਜਿਹੜੇ ਪ੍ਰੋਫੈਸ਼ਨਲ ਕੰਮ ਨੇ, ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਜਿਹੜੀ ਭਾਸ਼ਾ ਵੱਧ ਤੋਂ ਵੱਧ ਵਰਤੀ ਜਾਂਦੀ ਹੈ, ਉਹ ਇੱਕ ਇੰਨੀਆਂ ਭਾਸ਼ਾਵਾਂ ਚੋਂ ਚੁਣਨੀ ਪੈਂਦੀ ਹੈ। ਹਾਲਾਂਕਿ ਉਸ ਦੀਆਂ ਚਾਰ ਸਟੇਜਸ ਹਨ, ਉਹ ਇੱਥੇ ਡਿਸਕਸ ਨਹੀਂ ਕਰਾਂਗਾ। ਚੌਥੀ ਸਟੇਜ ਹੈ ਕਿ ਜਦੋਂ ਲੋਕ ਇਹ ਪ੍ਰਮਾਣ ਕਰ ਲੈਂਦੇ ਹਨ ਕਿ ਹਾਂ ਇਸ ਭਾਸ਼ਾ ਵਿੱਚ ਪੰਜਾਬੀ ਦਾ ਸਭ ਤੋਂ ਵੱਧ ਕੰਮ ਜਿਹੜਾ ਸਰਕਾਰੀ ਗੈਰ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਕੀਤਾ ਜਾਵੇ, ਅਖਬਾਰਾਂ ਵਿੱਚ ਜਾਂ ਵਿਚਾਰ ਸੰਚਾਰ, ਜਿਹੜਾ ਰਸਮੀ ਵਿਚਾਰ ਸੰਚਾਰ ਹੈ ਉਹਦੇ ਵਿੱਚ ਕੀਤਾ ਜਾਵੇ। ਦੇਖੋ ਪੋਠੋਹਾਰੀ ਪੱਕਾ ਨਹੀਂ ਹੈ, ਮਲਵਈ ਨਹੀਂ ਹੈ, ਦੁਆਬੀ ਨਹੀਂ ਹੈ, ਹਾਲਾਂਕਿ ਉਹਦੀਆਂ ਭਾਸ਼ਾਵਾਂ ਹਨ। ਮਾਝੀ ਜੋ ਹੈ ਟਕਸਾਲੀ ਭਾਸ਼ਾ ਪੰਜਾਬੀ ਦੀ ਗਿਣੀ ਜਾਂਦੀ ਹਨ। ਮਾਂ ਪੁੱਤਰ ਲਈ ਫੁੱਲ ਤੋੜ ਰਹੀ ਹੈ, ਕਾਰਕ ਪੁੱਛਿਆ ਗਿਆ ਹੈ, ਕਰਨ ਕਾਰਕ। ਕਰਨ ਕਾਰਕ ਉਹ ਹੁੰਦਾ ਹੈ ਜਦੋਂ ਸਾਧਨ ਦੇ ਤੌਰ ਤੇ ਵਰਤਦੇ ਹਾਂ, ਸਾਧਨ ਹੈ ਤਾਂ ਹੁੰਦਾ ਕਿ ਮਾਂ ਪੁੱਤਰ ਲਈ ਸੋਟੀ ਨਾਲ, ਮੰਨ ਲਓ ਏਦਾਂ ਸੋਟੀ ਨਾਲ ਜੇ ਇੱਥੇ ਹੁੰਦਾ ਤਾਂ ਇਹ ਕਰਨ ਕਾਰਕ ਹੋਣਾ ਸੀ, ਇਹ ਨਹੀਂ ਹੈ, ਇਸ ਲਈ ਕਰਮ ਕੱਟ ਗਿਆ। ਠੀਕ ਹੈ, ਕਰਮ ਕਾਰਕ ਕਿਉਂਕਿ ਹਾਂ ਕਰਮ ਦਾ ਦੀ ਥਾਂ ਤੇ ਪਹਿਲਾਂ ਅਪਾਦਾਨ ਨੂੰ ਦੇਖ ਲਈਏ, ਕਿਉਂਕਿ ਅਪਾਦਾਨ ਦਾ ਮਤਲਬ ਹੁੰਦਾ ਹੈ ਕਿ ਵੱਖਰਾ ਕਰਨਾ। ਠੀਕ ਹੈ, ਜੇ ਉਹ ਵੱਖਰਾ ਕਰਦੇ ਹਾਂ ਕੀ ਹੈ ਕਿ ਫੁੱਲ ਤੋੜਿਆ ਜਾ ਰਿਹਾ ਹੈ, ਫੁੱਲ ਨੂੰ ਵੱਖਰਾ ਕੀਤੇ ਜਾ ਰਿਹਾ ਹੈ, ਤੋ ਇਹ ਸਭ ਤੋਂ ਨਜ਼ਦੀਕ ਦਾ ਹੈ। ਅਸੀਂ ਇਹ ਯਾਦ ਰੱਖਣਾ ਹੈ ਕਾਰਕ ਜਦੋਂ ਕਰਦੇ ਹਾਂ ਤਾਂ ਤੁਸੀਂ ਇਹਨਾਂ ਦੇ ਅਰਥ ਜਾਣ ਲਓ ਤੇ ਤੁਸੀਂ ਇਹਦੇ ਵਿੱਚੋਂ ਆਸਾਨੀ ਨਾਲ ਲੱਭ ਲਓਗੇ। ਉਹਨਾਂ ਦੀਆਂ ਪਰਿਭਾਸ਼ਾਵਾਂ ਨੂੰ ਰਟਣ ਦੀ ਜ਼ਰੂਰਤ ਨਹੀਂ ਹੈ, ਸਿਰਫ ਇੱਕ ਨੁਕਤੇ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਇਹਦੇ ਵਿੱਚ ਸੈਂਟਰਲ ਆਈਡੀਆ ਜਾਂ ਇਸਦਾ ਅਰਥ ਕੀ ਹੈ, ਜਿਵੇਂ ਕਰਨ ਦਾ ਮੈਂ ਸਾਧਨ ਲੱਭਿਆ ਹੋਇਆ ਹੈ। ਨੈਕਸਟ ਚੱਲਦੇ ਹਾਂ, ਔਰਤਾਂ ਦੁਆਰਾ ਪੈਰਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ ਕਿਹੜਾ ਹੈ? ਬਿਛੂਆ ਹੈ, ਇੱਥੇ ਤੁਹਾਨੂੰ ਤਸਵੀਰ ਵੀ ਦਿਖਾ ਦਿੰਦਾ ਹਾਂ। ਤਸਵੀਰਾਂ ਹਨ, ਇਹ ਦੇਖੋ ਪੈਰਾਂ ਵਿੱਚ ਪਾਇਆ ਜਾਣ ਵਾਲਾ, ਇਹ ਇਸਨੂੰ ਬਿਛੂਆ ਕਿਹਾ ਜਾਂਦਾ ਹੈ। ਨੈਕਸਟ ਚੱਲਦੇ ਹਾਂ, ਬਾਬਾ ਫਰੀਦ ਕਿਸ ਸਦੀ ਵਿੱਚ ਪੈਦਾ ਹੋਏ? ਠੀਕ, 12ਵੀਂ ਸਦੀ ਵਿੱਚ। ਬਾਬਾ ਫਰੀਦ ਜੀ ਦੀ, ਜਦੋਂ ਪੰਜਾਬੀ ਭਾਸ਼ਾ ਦਾ ਵੀ ਵਿਕਾਸ ਦੇਖਿਆ ਜਾਂਦਾ ਹੈ, ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਵਿੱਚ ਮਿਲਦੀ ਹਨ। 112 ਜਿਹੜੇ ਸ਼ਲੋਕ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸ਼ਾਮਿਲ ਹਨ। ਇਸ ਤੋਂ ਇਲਾਵਾ 4 ਸ਼ਬਦ ਸ਼ਾਮਿਲ ਹਨ। ਅਜਿਹੇ ਕੁਸ਼ਚਨ ਵੀ ਸਧਾਰਨ ਗਿਆਨ ਚ ਪੁੱਛੇ ਜਾਂਦੇ ਹਨ। ਡਿਆ ਹੈ ਕਿਸ ਉਪਭਾਸ਼ਾ ਦਾ ਪਛਾਣ ਚਿੰਨ ਹੈ? ਮਾਝੀ ਭਾਸ਼ਾ, ਅੰਮ੍ਰਿਤਸਰ ਵੱਲ ਜਾਓ ਤਾਂ ਕੀ ਕਰਨ ਡਿਆ ਵਾ,
हाँ इस तरह गाड़ी हो गाड़ी। सो ये शब्द माझी भाषा दे ने। पछमी पंजाब विच पंजाबी किस लिपि विच लिखी जाती है? एक्चुअली के गुरमुखी साढ़े पंजाब विच लिखी जाती है, देवनागरी हिंदी ठीक है, अर्धनागरी जो लिपि का विकास पढ़ते हाँ उस एक लिपि आती है। सो पाकिस्तान विच शाहमुखी की वरतों होती है। बुले शाह किस परंपरा नाल संबंधित हन सन ठीक। कादरी संपर्दा नाल जो लिटरेचर पढ़ते हैं पंजाबी इसका जिक्र बार बार आते हैं। सही शब्द चुनो मतलब कि कोई गलत है उन्होंने नहीं चुनना ठीक। चन ये गलती, लक्ष्मी ये गलती, दरख्त बिंदी नहीं है, गजल बिंदी है, यस ए राइट आंसर। हेठ लिखिया विचों केड़ा वाक गलत? राम रोटी खांदा है ठीक है, मुंडा किताब पढ़ते हैं जां ता मुंडे आना सी जां मुंडा किताब पढ़दा आना सी, पढ़दा हन नहीं आने इत्थे जां आना सी मुंडे किताब पढ़ते हैं इस तरह आना सी। सो मेल ते अधिकार जो पढ़ते हैं इस तरह गलतियां मेल की गलती है। अर्जुन खेड रहा है स्वर्ण तबला बजा रहा है बिल्कुल ठीक है। श्री गुरु ग्रंथ साहिब विच किन्ने भगतां दी बाणी शामिल है? श्री गुरु ग्रंथ साहिब विच 15 भगत ठीक, 11 भट्ट 6 गुरु साहिबान और सिख गुरु 3 या 4 दे करीब हैं। नेट ते 4 दिता होया है। नेक्स्ट है राइट आंसर 15 होया है। विच हेठ लिखे शब्दां जुटां विचों गलत शब्द चुनो। गऊ दे नाल बच्छा हुंदा है, गऊ दे नाल बच्छा हो गया, बोती नाल बतारू हो गया ठीक है जी, मज नाल कट्टा हो गया ठीक है जी, भेड़ नाल मेमना, मेमना तां बकरी नाल नहीं हुंदा। नेक्स्ट है मुहावरा उस्तरिया दी माला दा अर्थ की है? मुहावरा उस्तरिया दी माला दा अर्थ की है? औखियाई वाला काम, नीवा दिखाउणा नहीं, चलाक बंदे लई इना विचो कोई। मुहावरा मुहावरा उस्तरिया की माला का की अर्थ है? इसका अर्थ है औखियाई वाला काम। उस्तरिया की माला मतलब है कि तिखा तिखा कुछ लगेगा, माला जप रहे हो इतनी औखा काम कर रहे हो। सो इस तरह शब्द दी शक्तियां होंदिया हैं। आम तौर पर मुहावरिया विच शब्द की दूजी पहली शक्ति कदे नहीं होंदी, उसके शाब्दिक अर्थ नहीं होंदे, उसका कोई विशेषता होंगी उस शब्द की जिड़ी के तुसी अप्लाई करनी होंगी है। नेक्स्ट है मुहावरा ऊंट के मुंह विच जीरा, ऊंट किड्डा वड्डा होंदा है? देखो मैं किस तरह सोच रहा हूं, ऊंट किड्डा वड्डा होंदा है, जीरा किन्ना होंदा है, एड्डा वड्डा ऊंट बन गया, ऊंट अच्छा नहीं बना ना, तो जीरा कितना इतना इतना, इसका मतलब है कि बहुत वड्डा बंदा है जिन्हों खान थोड़ा जा दे रहे हो, बहुत खान वाले नू थोड़ा दे। बुढ़ी घोड़ी लाल लगाम बहुत आसान है, जो बुजुर्ग कोई विवाह करना चाहता है। सिर उत्ते कुंडा ना होना, कुंडा है राइट। चेत तो बाद केड़ा महीना होंदा है? चेत वसाख सौन, चेत वसाख जेठ हाड़ सौन भादो असो कत्ता, तो पंजाबी दे जे तुसी वेखणे आ हां ए महीने चेत वसाख जेठ हाड़ सौन भादो असो कत्ता मगर हो माघ फगर, इन्हां दा पंजाबी दे नाल जे तुसी करना है शुरू ते चेत जो है ताडा मार्च अप्रैल मिड तो शुरू हुंदा है, संगरांद जिस दिन हुंदी है उस दिन पंजाबी दा महीना बदलता है। वापस चलते हाँ हेठ लिखे विचो केड़ी पंजाब दी लोक खेड है? केड़ी है पंजाब दी लोक खेड केड़ी है? वॉलीबॉल पंजाब दी है? नहीं बंदर ये तो इंग्लिश अंग्रेजी गेम ने। चलो हेठ लिखे विचो केड़ा लोक साज नहीं है? लोक साज केड़ा नहीं है? ढड सरंगी है जो ढड गाउंदे ने, घड़े नु बजाया जांदा घड़ा दा मतलब है ठीक है, तबला कांटू जो भंगड़ा पैंदा ये भी है ठीक है, ढड सरंगी भी है, ढाडी लोग सरंगी दी प्रयोग करते हैं। सो ये पंजाबी हैं तबला जिहड़ा है पंजाब दा लोक साज। गुरु ग्रंथ साहिब दी संपादना कदों हुई सी? 1604 विच। बहुत ही पॉपुलर सवाल ने, श्री गुरु अर्जन देव जी ने संपादना कराई सी, जो पहली लिखत सी जिन्होंने लिखी सी क्योंकि इन्हां दे मामा जी दी जिहड़े कि भाई गुरदास जी सन उन्हां दे हैंडराइटिंग बड़ी सोहनी सी।
सो उन्हां दे हथ पहली हथ लिख दो। अगे पैरा है, पैरे दे विच्चों रीडिंग कॉम्प्रीहेंशन इसनूं कहा जांदा है, इसनूं थोड़ा छोटा कर लैंदे हां। पैरे दे विच्चों इस सवालां ने जवाब देने हन, इस लई एक छोटे जिहा नुक्ता है कि उल्टा कीता जावे। सब तो पहला जिहड़े सवाल होण उन्हां नूं थोड़ा जिहा पढ़ लिया जावे ते अंडरलाइन जरूर करना है कि याद रहे कि कीहड़ी चीज लभणी है। अखबारां तों रहित दुनिया, अखबारां तों रहित दुनिया किहो जिही होए इह लभणा है। जेकर अखबार बंद हो जाण तां साडी हालत किना वर्गी होगी, अखबार किना विचकार कड़ी दा काम कर, अखबारां किस तरह राष्ट्रीय एकता नूं उन्नत कर। पंडित नेहरू ने अखबारां नूं की कहा है, पैरा पढ़न लगे हां, नाल नाल क्वेश्चन दे आंसर भी लभांगे। 20वीं सदी समाचार पत्र दा युग है, अखबार साडे जीवन दा एक महत्वपूर्ण अंग बन गए हन, अखबार तों बिना दुनिया रहण योग। इत क्वेश्चन आया सी अखबार तों बिना रहत दुनिया की है, रहण योग ते मानण योग है, रहन योग ते मानन योग राइट आंसर मिल गया। ठीक, ए वैसे बहुत ही नीचे पद्धत दे हन, असल विच औखा, चलो समझ पद्धत ते दा जो ब्लूम दी टैक्सोनॉमी मुताबक वधिया पैरा नहीं इस कहा जा सकदा। असी भोजन ते पानी दे बिना ता एक दिन लंघा सकते हां, पर दैनिक पत्र दे बिना एक दिन लंघाना मौत वर्गा लगदा है। जे अखबार बंद कर दिता जावे ता साडी हालत साडी हालत प्यो दादियां दे समय वर्गी हो जाएगी, मां प्यो वर्गी हो जाएगी, प्यो दादियां दे समय वर्गी उपर है, मां प्यो दादियां दे समय वर्गी हो जाएगी। अखबार सानू ताजा खबरां दिंदे हन ते ए जानन योग बनाउंदे हन कि देश ते विदेशां विच की वापर रिहा है। ए लोकां दी आवाज नूं उहनां दे दिलां दा, ए लोकां दी आवाज ते उहनां दे दिलां दा शीशा है। समाज सुधारक हम जिन्हां राहीं असीं समाजिक बुराइयां दी आलोचना कर सकदे हां। अजे तक नहीं आया इह ज्ञान प्रचार विज्ञापन मनोरंजन अते होर भी कई चीजां दा स्रोत हन। इह लोकां अते सरकार, विच इक कड़ी दा, इत्थे कड़ी वाला सी आ गया, हां जी, किहदे विचकार उत्तर की दा आएगा, किहदे विचकार गवांडियां विचकार लोक विच जा ਲੋਕਾਂ ਤੇ ਸਰਕਾਰ ਵਿਚਕਾਰ, ਰਾਈਟ ਆਨਸਰ ਮਿਲ ਗਿਆ। ਜੇ ਇਹ ਬੰਦ ਕਰ ਦਿੱਤੇ ਜਾਣ ਤਾਂ ਕੋਈ ਵਪਾਰ ਨਹੀਂ ਹੋਏਗਾ, ਸਾਹਿਤ ਅਤੇ ਕਲਾ ਵਿੱਚ ਕੋਈ ਤਰੱਕੀ ਨਹੀਂ ਹੋਵੇਗੀ। ਪੰਡਿਤ ਇਹ ਰਾਸ਼ਟਰੀ ਏਕਤਾ ਵਾਲਾ ਨਹੀਂ ਆਇਆ ਅਜੇ ਤੱਕ, ਰਾਸ਼ਟਰੀ ਏਕਤਾ, ਰਾਸ਼ਟਰੀ ਏਕਤਾ ਵਾਲਾ ਮਿਸ ਹੈ। ਚਲੋ ਪਹਿਲਾਂ ਪੰਡਿਤ ਨਹਿਰੂ ਜੀ ਨੇ ਇੱਕ ਵਾਰੀ ਠੀਕ ਹੀ ਕਿਹਾ ਸੀ ਕਿ ਅਖਬਾਰਾਂ ਸਾਡੀਆਂ ਮਾਲਕ ਹਨ, ਠੀਕ ਵਰਤੋਂ ਕਰਨ ਨਾਲ ਅਖਬਾਰਾਂ ਰਾਸ਼ਟਰੀ ਏਕਤਾ ਨੂੰ ਉੱਨਤ ਤੇ ਅੰਤਰਰਾਸ਼ਟਰੀ ਸ਼ਾਂਤੀ ਨੂੰ ਵਿਕਸਿਤ ਕਰਦੀਆਂ ਹਨ। ਪੰਡਿਤ ਨਹਿਰੂ ਨੇ ਅਖਬਾਰਾਂ ਬਾਰੇ ਕੀ ਕਿਹਾ ਸੀ, ਸਹਾਇਕ ਪ੍ਰੇਰਕ ਪੰਡਿਤ ਨਹਿਰੂ ਨੇ ਇੱਕ ਵਾਰ ਠੀਕ ਹੈ, ਅਖਬਾਰ ਸਾਡੀਆਂ ਮਾਲਕ, ਠੀਕ ਵਰਤੋਂ ਕਰਨ ਨਾਲ ਅਖਬਾਰਾਂ ਦੀ ਰਾਸ਼ਟਰੀ ਏਕਤਾ ਦਾ, ਰਾਸ਼ਟਰੀ ਏਕਤਾ ਕਿੱਥੇ ਕੀ ਹੈ, ਰਾਸ਼ਟਰੀ ਏਕਤਾ, ਰਾਸ਼ਟਰੀ ਏਕਤਾ ਉੱਨਤ ਕਰਦੀਆਂ ਹਨ, ਰਾਸ਼ਟਰੀ ਏਕਤਾ ਨੂੰ ਉੱਨਤ ਕਰਨਾ ठीक वरतों करके। देखो सीधे ही आंसर पाए हैं, कोई ज्यादा दिमाग टाउन की जरूरत नहीं। ये थोड़े प्रश्न हैं, सब तो पहला प्रश्न, विशेष जो वाकांश है या शब्द है, ये दसदा कि कई बार एक शब्द को अंडरलाइन किया है, किते किते वाकांश, उस तो बाद पैरे नु पढ़िया जाए, पेन नु जरूर वरत्या जाए, अंडरलाइन कर सकते हैं। सो ਇਹ ਕੁਐਸਚਨ ਸਰ ਪੰਜਾਬੀ ਦੇ, ਇਸਦੇ ਵਿਚਾਰ ਬਾਰੇ ਹੋਰ ਵੀ ਕੋਈ ਵਿਚਾਰ ਹੋਵੇ ਤਾਂ ਤੁਸੀਂ ਕੁਐਸਚਨ ਹੋਵੇ ਪੁੱਛ ਸਕਦੇ ਹੋ। ਹਾਂ, ਇਸ ਤੇ ਵੱਖਰੇ ਵੱਖਰੇ, ਕਿਉਂਕਿ ਥੋੜਾ ਸਿਲੇਬਸ ਇਸ ਦਾ ਚੇਂਜ ਹੋ ਗਿਆ ਹੈ ਇਸ ਵਾਰ, ਕਲਚਰਲ ਆਸਪੈਕਟ ਜਿਹੜੇ ਆ ਉਹ ਨਹੀਂ ਪੁੱਛੇ ਜਾਣਗੇ, ਵਿਆਕਰਣਕ ਆਸਪੈਕਟ ਜ਼ਿਆਦਾ ਪੁੱਛੇ ਜਾਣਗੇ। ਸੋ ਉਹਨਾਂ ਤੇ ਵੱਖ ਵੱਖ ਵੀਡੀਓ ਬਣਾਵਾਂਗਾ ਜੋ ਆਸਾਨ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗਾ। ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਪੁੱਛ ਸਕਦੇ ਹੋ। ਲਰਨ ਟੂ ਐਕਚੁਲਾਈਜ਼ ਡਾਕਟਰ ਕੀਰਤ ਸਿੰਘ, ਥੈਂਕ ਯੂ।